देखो जी रायपुर पहुंच गए हैं ते पप्पू भाटिया जी बहुत ही प्यार वाले जो कि रागियों नाल बहुत प्यार करते सारे रागी सिंघां नाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ ਰਾਏਪੁਰ ਪਹੁੰਚ ਗਏ ਹਾਂ, ਅਗਲਾ ਡੈਸਟੀਨੇਸ਼ਨ ਬਿਲਾਸਪੁਰ। ਸਾਡੇ ਨਾਲ ਬੜੇ ਪਿਆਰ ਵਾਲੇ ਸਾਡੇ ਪੱਪੂ ਭਾਟੀਆ ਜੀ, ਬੜੇ ਸੇਵਾਦਾਰ, ਬੜੇ ਹੀ ਵਧੀਆ ਨੇਚਰ ਵਾਲੇ ਸਾਡੇ ਖਾਸ ਮਖਾਸ ਸਾਡੇ ਮਿੱਤਰ, ਸਾਡੇ ਭਰਾ ਬੜੇ ਪਿਆਰ ਵਾਲੇ ਨਾਲ ਨੇ। ਸੋ ਅਸੀਂ ਪਹਿਲਾਂ ਜਾਵਾਂਗੇ, ਲੰਗਰ ਪਾਣੀ ਛਕਾਂਗੇ ਜੀ, ਫਿਰ ਉਸ ਤੋਂ ਬਾਅਦ ਬਿਲਾਸਪੁਰ ਵੱਲ ਨੂੰ ਕੂਚ ਕਰਾਂਗੇ ਜੀ। ਪਿੱਛੇ ਸਾਡੇ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਦਿੱਲੀ ਵਾਲੇ, ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ। ਹਾਲ ਦੇਖ ਲਓ ਪਲੇਨ ਵਾਲਿਆਂ ਨੇ ਕੀ ਕਰਤਾ, ਚੁੱਕ ਚੁੱਕ ਕੇ ਮਾਰਿਆ ਹਾਰਮੋਨੀਅਮ ਉਹਨਾਂ ਨੇ। ਬੜਾ ਦੁੱਖ ਹੁੰਦਾ ਜਦੋਂ ਉਹ ਇਸ ਤਰ੍ਹਾਂ ਕੇਅਰ ਨਹੀਂ ਕਰਦੇ ਕਿਸੇ ਸਮਾਨ ਦੇ। ਹਾਲਾਂਕਿ ਹਾਰਮੋਨੀਅਮਸ ਦੇ ਉੱਤੇ ਫਰੈਜਾਈਲ ਅਸੀਂ ਸਟਿੱਕਰ ਵੀ ਲਗਵਾਇਆ ਸੀ ਤਾਂ ਜੋ ਇਹਦੀ ਲੁੱਕ ਆਫਟਰ ਜ਼ਿਆਦਾ ਕੀਤੀ ਜਾਵੇ, ਕੇਅਰ ਕੀਤੀ ਜਾਵੇ, ਪਰ ਇਹਨਾਂ ਨੇ ਕੋਈ ਕੇਅਰ ਨਹੀਂ ਕੀਤੀ। ਕਈ ਵਾਰੀ ਸਾਡੇ ਨਾਲ ਇੱਦਾਂ ਹੋ ਜਾਂਦਾ। ਸੋ ਹਾਲਾਤ ਦੇਖ ਲਓ ਕੀ ਕਰਤੇ ਹਾਰਮੋਨੀਅਮ ਦੇ, ਸਾਰੀਆਂ ਸੁਰਾਂ ਇਹਨਾਂ ਨੇ ਬਾਹਰ ਕੱਢ ਦਿੱਤੀਆਂ, ਚੁੱਕ ਚੁੱਕ ਕੇ ਮਾਰਿਆ। ਬੜੀ ਵਾਰੀ ਕੰਪਲੇਂਟ ਕਰੀ ਦੀ ਪਰ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ। ਸੋ ਇਹ ਵੀ ਹਾਲਾਤ ਹੋ ਜਾਂਦੇ ਸਾਡੇ ਨਾਲ ਕਈ ਵਾਰੀ, ਇਹਨੂੰ ਹੁਣ ਆਪ ਹੀ ਸੁਰ ਕਰਨਾ ਪੈਣਾ। ਪਹਿਲੇ ਦਾ ਵੀ ਇਹੀ ਹਾਲ ਹੈ ਅਤੇ ਦੂਜੇ ਦਾ ਵੀ ਇਹੀ ਹਾਲ ਹੈ। ਤੁਹਾਨੂੰ ਤੁਸੀਂ ਇੰਡੀਗੋ ਵਾਲਿਓ, ਇਹ ਚੁੱਕ ਚੁੱਕ ਕੇ ਮਾਰਨਾ ਇਹਨਾਂ ਦਾ ਰੋਜ਼ ਦਾ ਕੰਮ ਹੈ। ਜਿੰਨੀ ਮਰਜ਼ੀ ਕੇਅਰ ਕਰ ਲਓ, ਦੋਨੋਂ ਹਾਰਮੋਨੀਅਮ ਦੀ ਸੁਰਾਂ ਤੋੜ ਕੇ ਰੱਖਤੀਆਂ, ਬਿਲਕੁਲ ਖਿਲਾਰ ਦਿੱਤੇ ਵਾਜੇ। ਦੇਖੋ ਇਹ ਦੁਬਾਰਾ ਹੁਣ ਸੁਰ ਕਰਵਾਉਣੇ ਪੈਣੇ ਹੈ ਸੁਰਾਂ ਸਾਰੀਆਂ। ਦੇਖੋ ਕੀ ਹਾਲ ਕਰਤਾ। ਦਰਦ ਨਿਹਾਲ
ਜੀ ਬਿਲਾਸਪੁਰ ਦੀ ਪਹਿਲੀ ਮੋਰਨਿੰਗ ਤੇ ਪਰੌਂਠੇ ਹਾਜ਼ਰ ਹੈ। ਪਰੌਂਠੇ ਚੱਕ ਕੇ ਤੇ ਫਿਰ ਅਸੀਂ ਫਿਰ ਕੀਰਤਨ ਨੂੰ ਜਾਣਾ ਜੀ। ਧੰਨਵਾਦ ਭਾਜੀ। ਕੀ ਕਰ ਰਹੇ ਹੋ? ਇਹ ਦਾਰਾ ਭਾਜੀ, ਕੱਲ ਜਦੋਂ ਅਸੀਂ ਆਏ ਸੀ ਪਲੇਨ ਤੋਂ ਰਾਜਪੁਰ ਪਹੁੰਚੇ ਆ ਤੇ ਇੱਥੇ ਹੋਟਲ ਦੇ ਵਿੱਚ ਆ ਕੇ ਦੇਖਿਆ ਤੇ ਵਾਜੇ ਸਾਰੇ ਖਿਲਰੇ ਪਏ ਆ, ਟੁੱਟੇ ਪਏ ਸੀ ਵਾਜੇ, ਸਾਰੀਆਂ ਸੁਰਾਂ ਬਾਹਰ ਆਈਆਂ ਪਈਆਂ ਸੀ। ਉਰੇ ਲਿਆਓ ਕੈਮਰਾ, ਤੁਹਾਨੂੰ ਦਿਖਾਵਾਂ। ਉਹ ਪਲੇਨ ਵਾਲਿਆਂ ਨੇ ਚੁੱਕ ਚੁੱਕ ਕੇ ਮਾਰੇ ਵਾਜੇ ਤੇ ਆਹ ਮਸਾਂ ਹੀ ਹੁਣ ਜਾ ਕੇ ਸੈੱਟ ਕੀਤੇ ਵਾਜੇ। ਆਹ ਦੇਖੋ, ਆਹ ਉੱਪਰ ਵਾਲੀ ਇਹਦੀ ਪੱਤੀ ਉੱਤਰ ਗਈ ਹੈ ਵਾਜੇ ਦੀ। ਸੋ ਬੜੇ ਬੁਰੇ ਹਾਲਾਤ ਨਾਲ ਚੁੱਕ ਚੁੱਕ ਕੇ ਮਾਰੇ ਇਹਨਾਂ ਨੇ ਵਾਜੇ ਤੇ ਬੜਾ ਦੁੱਖ ਹੁੰਦਾ ਹੈ। ਹਾਲਾਂਕਿ ਪੂਰੀ ਪ੍ਰੋਟੈਕਸ਼ਨ ਵੀ ਦਿੱਤੀ ਸੀਗੀ, ਉਹਨਾਂ ਨੂੰ ਕਿਹਾ ਸੀਗਾ ਫਰੈਜਾ ਲਾ ਦੇਣਾ। ਸੋ ਇੱਦਾਂ ਵੀ ਕਦੀ ਕਦਾਈ ਹੋ ਜਾਂਦਾ ਸਾਡੇ ਨਾਲ ਕਿ ਜਦੋਂ ਪਲੇਨ ਤੋਂ ਜਦੋਂ ਅਸੀਂ ਉੱਤਰ ਕੇ ਵਾਜੇ ਚੈੱਕ ਕਰੀਦੇ ਆ ਤੇ ਉਹ ਖਿਲਰੇ ਹੁੰਦੇ ਆ। ਯਾਰ ਮੈਂ ਬਹੁਤ ਵਾਰ ਦੇਖਿਆ ਸੀ, ਕਈ ਵਾਰੀ ਫਰੈਜਾਈਲ ਦੇ ਸਟਿੱਕਰ ਲਗਾ ਦਿੰਦੇ ਬਟ ਉਹ ਕੇਅਰ ਨਹੀਂ ਕਰਦੇ ਇਸ ਚੀਜ਼ ਦੀ, ਕੇਅਰ ਨਹੀਂ ਕਰਦੇ ਬਿਲਕੁਲ। ਸੋ ਚਲੋ, ਮਾਲਕ ਨੇ ਕਿਰਪਾ ਕੀਤੀ ਆ, ਹੁਣ ਥੋੜ੍ਹੇ ਜਿਹੇ ਸੈੱਟ ਹੋ ਗਏ ਵਾਜੇ। ਇਹ ਸਾਰੀਆਂ ਸੁਰਾਂ ਬਾਹਰ ਨੂੰ ਆਈਆਂ ਪਈਆਂ ਸੀ, ਹੁਣ ਫਿਰ ਦੁਬਾਰਾ ਅੰਦਰ ਕੀਤੀਆਂ, ਸੈੱਟ ਕੀਤੀਆਂ, ਕਪਲਰ ਕੁਪਲਰ ਇਹਦੇ ਸੈੱਟ ਕੀਤੇ ਆ ਤੇ ਹੁਣ ਵਜਾਉਣ ਦੇ ਲਾਇਕ ਹੋ ਗਏ ਬਸ। ਅਮਨ ਭਾਜੀ ਰਿਆਜ਼ ਕਰਦੇ ਹੋਏ ਕੀਰਤਨ ਤੋਂ ਪਹਿਲਾਂ ਹੱਥ ਗਰਮ ਕਰਨੇ ਜ਼ਰੂਰੀ ਸਮਝਦੇ ਹੋਏ, ਪਰ ਇੱਥੇ ਤਾਂ ਠੰਡ ਨਹੀਂ ਹੈਗੀ ਹੈ ਨਹੀਂ, ਇਹ ਵਧੀਆ ਗੱਲ ਹੈ। ਰੋਜ਼ ਦਾ ਰਿਆਜ਼ ਬੜਾ ਜ਼ਰੂਰੀ ਹੈ ਜੀ। ਹਾਂ ਇਹ ਤਾਂ ਹੈ। ਅੱਜ ਬਿਲਾਸਪੁਰ ਸਮਾਗਮ ਦੇ ਵਿੱਚ ਸਾਡੇ ਬੜੇ ਪਿਆਰ ਵਾਲੇ ਨਵਾਂਗੜ੍ਹ ਤੋਂ ਸਾਡੇ ਭੈਣ ਜੀ ਵੱਡੇ ਪਿੰਨੀਆਂ ਬਣਾ ਕੇ ਲੈ ਕੇ ਆਏ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੜੇ ਪਿਆਰ ਨਾਲ ਪਿੰਨੀਆਂ ਆਪਣੇ ਹੱਥੀਂ ਬਣਾ ਕੇ ਲੈ ਕੇ ਆਏ ਹਨ। ਸੋ ਮੈਂ ਅਮਨਜੋਤ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਇਹਦੀ ਅਨਬੋਕਸਿੰਗ ਕੀਤੀ ਜਾਵੇ। ਕਰੋ ਅਮਨ ਜੀ। ਓ ਹੋ ਹੋ ਹੋ, ਕਿਆ ਬਾਤ ਹੈ, ਕਿੰਨੀਆਂ ਸਾਰੀਆਂ ਗੁਰੂ, ਕਾਫੀ ਹੈ। ਬੜੇ ਪਿਆਰ ਨਾਲ ਦਿੱਤਾ, ਇਹ ਦੇਖਣਾ ਕੀ ਹੈ। ਓ ਹੋ ਵਾਹ ਜੀ ਵਾਹ, ਦੇਖੋ ਕਿੰਨਾ ਸੰਗਤ ਦਾ ਪਿਆਰ, ਕਿੰਨੀਆਂ ਅਸੀਸਾਂ ਬਖਸ਼ਿਸ਼ ਕਰਦੇ ਨੇ। ਮੇਰੇ ਖਿਆਲ ਜਨਮ ਦਿਨ ਲੰਘਿਆ 2 ਦਿਨ ਹੋ ਗਏ ਨੇ, ਪਰ ਅਜੇ ਤੱਕ ਸੰਗਤ ਅਸੀਸਾਂ ਬਖਸ਼ ਕੇ ਅਜੇ ਤੱਕ ਜਨਮ ਦਿਨ ਮਨਾ ਰਹੇ ਨੇ। ਅਤੇ ਆ ਬੜਾ ਹੀ ਧੰਨਵਾਦ ਨਵਾਂਗੜ੍ਹ ਵਾਲੇ ਭੈਣ ਜੀ ਦਾ, ਜਿਨ੍ਹਾਂ ਨੇ ਆਪਣੇ ਹੱਥੀਂ ਇਹ ਕੇਕ ਬਣਾ ਕੇ ਭੇਜਿਆ। ਬਹੁਤ ਧੰਨਵਾਦ ਭੈਣ ਜੀ, ਬੜੀ ਕਿਰਪਾ ਕੀਤੀ ਤੁਸੀਂ। ਬਿਲਾਸਪੁਰ ਦੇ ਸਮਾਗਮ ਸਮਾਪਤ ਹੋ ਚੁੱਕੇ ਹਨ ਜੀ ਅਤੇ ਰਾਏਪੁਰ ਆ ਗਏ ਹਾਂ ਅਤੇ ਮਹਾਰਾਜ ਦੀ ਕਿਰਪਾ ਨਾਲ ਹੁਣ ਰਾਏਪੁਰ ਤੋਂ ਫਲਾਈਟ ਲੈ ਕੇ ਸਿੱਧਾ ਅੰਮ੍ਰਿਤਸਰ ਨੂੰ ਕੂਚ ਕਰ ਰਹੇ ਹਾਂ ਜੀ। ਸਾਰੀ ਬਿਲਾਸਪੁਰ ਦੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ।
हाँ जी की हाल चाल है किथे चले हो ठीक है भी ਅਸੀਂ ਦਿੱਲੀ ਤੋਂ ਅੰਮ੍ਰਿਤਸਰ ਕਿਵੇਂ ਲੱਗਦੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਲੱਗਦੇ ਤੁਸੀਂ ਇਹ ਦੇਖੋ ਵੀ ਕੱਲ੍ਹ ਸਵੇਰ ਦੀ ਪੱਗ ਬੰਨੀ ਹੈ ਅਤੇ ਅੱਜ ਸਫ਼ਰ ਕਰਦੇ ਲੰਘੇ ਸਾਰਾ ਟਾਈਮ ਹਾਂ ਸਫ਼ਰ ਕਰਦੇ ਟਾਈਮ ਸਾਰੇ ਹੀ ਸਫ਼ਰ ਸਫ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਸਪੁਰ ਤੋਂ ਚੱਲ ਕੇ ਦਿੱਲੀਓਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚ ਗਏ ਹਾਂ ਜੀ ਹੁਣ ਅੰਮ੍ਰਿਤਸਰ ਤੋਂ ਬਾਏ ਰੋਡ ਅਸੀਂ ਜਲੰਧਰ ਜਾ ਰਹੇ ਹਾਂ ਜੀ ਬਿਲਾਸਪੁਰ ਸੰਗਤਾਂ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ ਰਾਤ ਦੇ ਅਖੀਰਲੇ ਦੀਵਾਨਾਂ ਤੋਂ ਬਾਅਦ ਅਸੀਂ ਸਿੱਧਾ ਹੀ ਏਅਰਪੋਰਟ ਨੂੰ ਨਿਕਲ ਪਏ ਸੀ ਸੋ ਰੈਸਟ ਬਿਲਕੁਲ ਨਹੀਂ ਹੋਈ ਜਾਗ ਕੇ ਸਾਰੀ ਰਾਤ ਕੱਟੀ ਹੁਣ ਜਲੰਧਰ ਪਹੁੰਚ ਕੇ ਰੈਸਟ ਕਰਾਂਗੇ ਜੀ ਬਹੁਤ ਧੰਨਵਾਦ ਜੀ